मीरी पीरी के मालिक श्री गुरु हर गोबिंद सिंह साहिब जी के प्रकाश पर्व के अवसर पर गुरुद्वारा दोआबा श्री गुरु सिंह सभा चौक अड्डा होशियारपुर जालंधर में विशेष दीवान सजाए गए, जिसमें पंथ प्रसिद्ध रागी जत्थों ने कीर्तन कर उपस्थित संगतों को गुरुचरणों से जोड़ा। इस मौके पर गुरुद्वारा कमेटी के चेयरमैन परमजीत सिंह भाटिया, प्रधान अमृतपाल सिंह भाटिया, जनरल सचिव मखन सिंह, सतवीर सिंह, बूटा सिंह भाटिया, दीदार सिंह, मन महिंदर सिंह संदल, सरदार सिंह मक्कड़, बीवी सुरेंद्र कौर, हरजिंदर कौर, बीवी परविंदर कौर मक्कड़, ज्ञान सिंह सहित असंख्य संगत भी मौजूद रही। अंत में विशाल भंडारे का आयोजन किया गया। जालंधर से हलचल के लिए कैमरामैन सुदेश भगत की रिपोर्ट। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ
ਅੱਜ ਦੁਆਬਾ ਸ਼੍ਰੀ ਗੁਰੂ ਸਿੰਘ ਸਭਾ ਚੌਂਕ ਅੱਡਾ ਹੁਸ਼ਿਆਰਪੁਰ ਵੱਲੋਂ ਬੜੀ ਸ਼ਰਧਾ ਅਤੇ ਪ੍ਰੇਮ ਸਤਿਕਾਰ ਨਾਲ ਇਹ ਜੋ ਪ੍ਰੋਗਰਾਮ ਅੱਜ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਸੰਗਤਾਂ ਹੁੰਮ ਹੁਮਾ ਕੇ ਪੁੱਜੀਆਂ ਕੀਰਤਨ ਸ਼ਬਦ ਬੀਬੀਆਂ ਦਾ ਕੀਰਤਨੀ ਜਥਾ ਔਰ ਸਾਰਿਆਂ ਨੇ ਗੁਰੂ ਘਰ ਨਾਲ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਜੋੜਿਆ। ਉਪਰੰਤ ਗੁਰੂ ਕੇ ਤੁੱਟ ਲੰਗਰ ਮਿੱਸੇ ਪ੍ਰਸ਼ਾਦੇ ਅਤੇ ਲੱਸੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ 'ਤੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ, ਸਰਦਾਰ ਬੂਟਾ ਸਿੰਘ, ਸਰਦਾਰ ਮਨਮਿੰਦਰ ਸਿੰਘ ਸੰਧਲ, ਸਰਦਾਰਾ ਸਿੰਘ ਮੱਕੜ ਔਰ ਜਿੰਨੇ ਵੀ ਸਾਡੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਉਹ ਅੱਜ ਗੁਰੂ ਘਰ ਨਮਸਤ ਹੋ ਕੇ ਹਾਜ਼ਰੀ ਭਰੀ ਔਰ ਇਸੇ ਤਰ੍ਹਾਂ ਹੀ ਇਹ ਸੰਗਤਾਂ ਦੇ ਸਹਿਯੋਗ ਨਾਲ ਇਹ ਸਾਰਾ ਪ੍ਰੋਗਰਾਮ ਚੱਲਦਾ ਹੈ। ਅੱਜ ਦੇ ਪ੍ਰਕਾਸ਼ ਉਤਸਵ ਦੇ ਸੰਬੰਧ 'ਚ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ।